सतगुर प्रसाद तनासरी मोहल्ला पंजवा मेरा लागो राम सियों हेदा सतगुर मेरा सदा सुहाई जिन दुख का काटिया केता राम हाथ दे रख्यों अपना कर व्यर्था सगल मटाई निंदक के मुख काले कीने जन काय आप सुहाई साचा सहव हुआ रखवाला राख लिए कंठ लाए निर्भव पै सदा सुख माणे नानक हर गुण गाए साचा सहब हुआ रखवाला राख लिए कंठ लाए निर्भव पै सदा सुख माणे नानक हर गुण गाए सतनाम श्री वाहे गुरु जी तेनी बंदस मैं कोई न डिठा तू नानक मन पाणा कोल कमाई तिस मित्र विचोला जै मिल कंत पछाणा हजूर दे घर दी बाबे नानक जी दे अकाल पुरख अंतरयामी दे घर दी मर्यादा रबी मर्यादा बंदे नूं इस मात लोक विच कलयुग की वात बचाउण वास्ते बाणी चरण कीती है। सतगुरु जी ने बाणी पढ़ी जावे सुनी जावे अमल हो जावे तो फिर साध संगत कलयुग दी इहनूं तत्ती वाह नहीं लगदी पर बाणी पढ़ो जरूर पढ़ो सतगुर दी ते बाणी दा एक एक अखर गुरु साहब दा सरूप है इउं बाणी नूं सत्कार जिन्ना ज्यादे करोगे उन्ना तुहाडा होगा समय दी सकोच है। दिल्ली सरकार बदल सकदी है वजीर बदल जांदे हन वजीर बदल जा कानून बदल जाते हैं कानून धरती बदल सकती है बदलती है आकाश बदल सकता है चंद सूरज बदल सकता है पर अपने बाबा जी मोहर लाने सन मेरा गुरु नानक जमा नहीं बदलेगा बचन की करना ये गुरु नानक नहीं
ਜਿਹਨੇ ਬਾਬਾ ਲੈਣਾ ਜੀ ਉਹ ਤੇ ਹਾੜ ਦਾ ਮਹੀਨਾ ਗਰਮੀ ਬਹੁਤ ਕੁਝ ਕੁ ਸਿੱਖ ਸੰਗਤਾਂ ਹਜ਼ੂਰ ਦੇ ਨਾਲ ਬਾਬਾ ਲੈਣਾ ਜੀ ਨੇ ਟਿਕਾ ਕੇ ਬਾਹਰਲੇ ਪਾਸੇ ਵਾਰ ਦੇ ਸੜਕ ਦੇ ਵਿੱਚ ਰਸਤੇ 'ਚ ਲੰਮੇ ਪੈ ਕੇ ਮੱਥਾ ਟੇਕਿਆ। ਜਦੋਂ ਉੱਠ ਕੇ ਖੜ੍ਹੇ ਹੋਏ ਹਜ਼ੂਰ ਕਹਿੰਦੇ ਪੁਰਖਾ ਕਿਵੇਂ ਆਇਆ ਹੈ ਜੀ? ਦਰਸ਼ਨ ਕਰਨ ਆਇਆ। ਹੁਣ ਤੁਸੀਂ ਵਿਚਾਰ ਕਰਿਓ, ਦਰਸ਼ਨ ਤਾਂ ਹੋ ਗਏ ਸੀ, ਦਰਸ਼ਨ ਕਰਨ ਆਇਆ। ਗੁਰੂ ਸਾਹਿਬ ਕਹਿੰਦੇ ਜੇ ਤੂੰ ਸਾਡੇ ਦਰਸ਼ਨ ਕਰਨ ਇੱਥੇ ਖੜ੍ਹ ਜਾ, ਅਸੀਂ ਆਉਂਦੇ ਹਾਂ। ਇਉਂ ਗੁਰੂ ਸਾਹਿਬ ਚਲੇ ਗਏ। ਸੱਚੇ ਪਾਤਸ਼ਾਹ ਮਹਾਂਪੁਰਖ ਗੁਰੂ ਚਰਨਾਂ ਦੇ ਕੱਚੇ ਹੁੰਦੇ ਆ, ਬੋਲਦੇ ਪੱਕੇ ਹੁੰਦੇ ਆ। ਜਿਹੜਾ ਫੜ ਕੇ ਚਰਨ ਲੈ ਜਾਓ ਉੱਧਰ ਹੀ ਚਲੇ ਜਾਂਦੇ ਆ। ਨਿਮਰਤਾ ਨੂੰ ਮਹਾਂਪੁਰਖ ਮਿੱਠੀਆਂ ਬੋਲਾਂ ਨਾਲ ਲੁੱਟੇ ਜਾਂਦੇ ਆ, ਤੇ ਇਸ ਕਰਕੇ ਸਾਧ ਸੰਗਤ ਬਾਬਾ ਜੀ ਬਹੁਤ ਸਮਾਂ ਲਾ ਕੇ 9 ਵਜੇ ਦਾ ਬਾਬਾ ਲੈਣਾ ਜੀ ਖੜੇ। ਮਾਤਾ ਜੀ ਨੇ ਇੱਕ ਵਾਰੀ ਦੋ ਵਾਰੀ ਆਪ ਹੁੰਦਾ ਬਾਹਰ ਨਿਕਲ ਕੇ ਵੇਖੀ ਤੇ ਖੜੇ ਸੀ ਧੁੱਪੇ ਸੂਰਜ। ਆਖਿਆ ਵੀਰ ਜੀ ਕਿਵੇਂ ਆਏ ਹੋ, ਦਰਸ਼ਨ ਕਰਨ ਆਏ? ਕਹਿੰਦੇ ਵੀਰ ਇੱਥੇ ਕਿਉਂ ਖੜੇ ਆ, ਅੰਦਰ ਆ ਜਾਓ। ਦਿਆਵਾ ਅੰਦਰ ਆ ਜਾਓ, ਬਹਿ ਜਾਓ, ਪਾਣੀ ਪੀ ਲਓ। ਕਹਿੰਦੇ ਮਾਤਾ ਜੀ ਮੈਂ ਆਪਦੇ ਆਪ ਨਹੀਂ ਖੜਾ, ਦਰਸ਼ਨ ਤਾਂ ਹੋ ਗਏ ਸੀ ਪਰ ਮੋਹਰ ਨਹੀਂ ਸੀ ਲੱਗੀ ਦਰਸ਼ਨ, ਇਸ ਕਰਕੇ ਮੈਂ ਮੋਹਰ ਲਾਉਣ ਵਾਸਤੇ ਖੜਾ ਧੁੱਪੇ ਖੜਾ ਵੇਖੋ। ਇਉਂ ਆ ਕੇ ਦੋ ਤਿੰਨ ਵਾਰੀ ਕਿਹਾ ਵੀ ਕੋਈ ਨਹੀਂ ਤੁਸੀਂ ਆ ਜਾਓ, ਪਰ ਨਹੀਂ, ਸੱਚੇ ਪਾਤਸ਼ਾਹ ਡੰਡਲੇ ਆਏ ਤੇ ਗੁਰੂ ਜੀ ਕਹਿੰਦੇ ਪੁਰਖਾ ਉੱਥੇ ਹੀ ਖੜਾ। ਇਹਨਾਂ ਨੂੰ ਮਾਤਾ ਜੀ ਆ ਗਈ, ਮਾਤਾ ਜੀ ਕਹਿੰਦੇ ਅਸੀਂ ਇਹਨੂੰ ਬਹੁਤ ਕਿਹਾ ਸੀ, ਇਹ ਕਹਿੰਦਾ ਮੈਂ ਆਪਦੇ ਆਪ ਨਹੀਂ ਖੜਾ, ਦਰਸ਼ਨ ਤਾਂ ਹੋ ਗਏ ਸੀ ਮੋਹਰ ਨਹੀਂ ਸੀ ਲੱਗੀ, ਮੈਨੂੰ ਗੁਰੂ ਸਾਹਿਬ ਖੜਾ ਕੇ ਗਏ। ਗੁਰੂ ਜੀ ਕਹਿਣ ਲੱਗੇ ਕੋਈ ਨਹੀਂ, ਫਿਰ ਗੁਰੂ ਜੀ ਕਹਿੰਦੇ ਜੇ ਸਾਡੇ ਹੁਕਮ ਵਿੱਚ ਖੜਾ ਹੈ ਧੁੱਪੇ ਖੜਾ ਸਾਡੇ ਹੁਕਮ 'ਚ ਦਰਸ਼ਨ ਕਰਨ ਵਾਸਤੇ ਡੀਕਦਾ, ਕੋਈ ਸਮਾਂ ਆਵੇਗਾ ਜਿੰਨੇ ਇਹਦੇ ਗਾਂਹ ਸਵਾਸ ਰਹਿੰਦੇ ਅਸੀਂ ਵੀ ਇਹਦੇ ਕੋਲੇ ਖੜਿਆ ਕਰਾਂਗੇ। ਹੁਣ ਤੁਸੀਂ ਹਿਸਾਬ ਲਓ ਸਮਾਂ ਥੋੜ੍ਹਾ ਹੈ, ਤੇ ਬਚਨ ਤੁਹਾਡੇ ਮੇਰੇ ਆਪਣੇ ਸਾਰਿਆਂ ਵਾਸਤੇ ਵੀ ਦਰਸ਼ਨ ਕੀ ਹੈ। ਜੈ ਮਿਲ ਕੰਤ ਪਛਾਣ। ਦੇਖੋ ਰਾਮ ਜੀ ਭਗਵਾਨ ਪਹਿਲਾ ਜਨਮ ਤੇ ਗੁਰਮੁਖੋ ਪਾਣੀ ਦੇ ਵਿੱਚ ਜਲ ਦੇ ਵਿੱਚ ਜਲ ਤਰਾ ਕਰ ਰਹੇ, ਬਹੁਤ ਸੁੰਦਰਤਾ ਸਰੀਰ ਦੀ ਹੈ, ਸਾਹਮਣੇ ਬਹੁਤ ਹੋਈ, ਚਾਹੁੰਦਾ ਹਰੇਕ ਹੀ ਇਹ ਸੁੰਦਰਤਾ ਹੋ।
फिर भी ना हटी उन्हें फिर आख्या अरे करूपे यों आ करूप रूप तो करूप तू मेरा करूप वे यों आख्या ते यों आख्या है चंडाल लड़ेंगे ताऊ चंडाल देकर जाने लगे ताऊ का रूप करूप होया ओ सास छड़ी टिल्लियां बाहां पेंगे रिकी दा बोल सी ते डिग पी ते फिर बाहर आई थी करे चली गई राम जी तो फिर राम बन के पास हो गई ओ की बन गई ओ फिर भीलनी बन गई दूजे राजे दी लड़की सी देखो ओ भीलनी बनी फिर सास ओ फिर रात नूं नींद ना आई उठ के बह गई ਰਿਖੀ ਮੁਨੀ ਦਾ ਸੁਭਾਅ ਸੱਤ ਦਾ ਸਮਾਂ ਸੀ ਜਦੋਂ ਉੱਠ ਕੇ ਬੈਠੀ ਉਹਨੂੰ ਐਂ ਲੱਗਿਆ ਮੈਂ ਆਹ ਬਣ ਗਈ ਮੇਰੇ ਚਿਹਰਾ ਇਹੋ ਜਿਹਾ ਬਣ ਗਿਆ ਐਂ ਬਣ ਗਿਆ ਰਾਣੀ ਨੇ ਪੁੱਛਿਆ ਵੀ ਪੁੱਤਰੀ ਕਿਉਂ ਬੈਠੀ ਉਹ ਕਹਿੰਦੀ ਐਂ ਗੱਲ ਹੋਈ ਹੈ ਜੀ ਲੈਣੀ ਨਾ ਮੈਂ ਚਲੀ ਗਈ ਸੀ ਉੱਥੇ ਰਿਖੀ ਨੇ ਮੈਨੂੰ ਸ਼ਰਾਫ ਦਿੱਤਾ ਸ਼ਰਾਫ ਉਹਨੇ ਮੇਰੇ ਹੌਲੀ ਜਿਹੜੇ ਰਾਜੇ ਨੂੰ ਦੱਸਿਆ ਰਾਜੇ ਨੇ ਆਖਿਆ ਮਾੜੀ ਗੱਲ ਕੀਤੀ ਤੂੰ ਚੱਲ ਬੇਟਾ ਪਾ ਉਹਨਾਂ ਤੋਂ ਮਾਫੀ ਲਿਆਉਣੇ ਆਖਿਆ ਵੀ ਚਲੋ ਗਏ ਸਮਾਂ ਥੋੜਾ ਸੀ ਰਿਖੀ ਨੇ ਆਖਿਆ ਮੈਂ ਕੁਛ ਨੀ ਕਿਹਾ ਉਸ ਪਰਮੇਸ਼ਰ ਨੇ ਕਿਹਾ ਪਰਮੇਸ਼ਰ ਇਉਂ ਆਖਿਆ ਤੇ ਸਾਧ ਸੰਗਤ ਆਖਿਆ ਜੀ ਨੂੰ ਬਖਸ਼ ਦਿਓ ਬਖਸ਼ ਦਿਓ ਤੁਸੀਂ ਹੁਣ ਬਖਸ਼ ਦਿਓ ਚੰਗਾ ਸਮਾਂ ਸੀ ਰਾਜੇ ਵੀ ਰਾਣੀ ਨੇ ਵੀ ਪੈਰੀ ਪਏ ਉਹ ਕਹਿੰਦੇ ਚੰਗਾ ਵੀ ਸਮਾਂ ਆਵੇਗਾ ਮੇਰੀ ਇੱਛਾ ਹੈ ਵੀ ਅਕਾਲ ਪੁਰਖ ਦੇ ਘਰੇ ਜਨਮ ਲਵਾਂ ਭਗਵਾਨ ਹੋਵਾਂ ਜਦੋਂ ਮੈਂ ਭਗਵਾਨ ਬਣ ਗਿਆ ਤ੍ਰੇਤੇ ਵਿੱਚ ਰਾਮ ਜੀ ਆਇਆ ਉਦੋਂ ਹੀ ਬਖਸ਼ਿਆ ਜਾਊ ਮੈਂ ਉਹਨਾਂ ਚਿਰ ਮੇਰੇ ਕੋਲ ਹਜੇ ਅਧਿਕਾਰ ਹੀ ਨਹੀਂ ਬਖਸ਼ਣ ਸ਼ਰਾਪ ਦੇਣ ਦਾ ਅਧਿਕਾਰ ਹੈ ਤ੍ਰੇਤੇ 'ਚ ਜਦੋਂ ਮੈਂ ਰਾਮ ਜੀ ਆਇਆ ਉਦੋਂ ਬਖਸ਼ ਹੁਣ ਵੇਖੋ ਰਾਜ ਦੀ ਲੜਕੀ ਸੀ ਅਤੇ ਅੱਜ ਦਾ ਸਮਾਂ ਵਿਚਾਰ ਕਰੋ ਇਸ ਕਰਕੇ ਆਓ ਸਮੇਂ ਦੀ ਸੰਕੋਚ ਹੈ ਹੁਣ ਸਮਾਂ ਇਸੇ ਪ੍ਰਥਾਏ ਗੁਰੂ ਜੀ ਦੀ ਜਿੰਨੀ ਬਾਣੀ ਆ ਇਉਂ ਹੀ ਆ ਪੁਰਾਤਨ ਮਰਜ਼ਾਦਾ ਅਨੁਸਾਰ ਗੁਰੂ ਸਾਹਿਬ ਫਰਮਾਉਂਦੇ ਹੈ ਮੇਰਾ ਲਾਗੋ ਰਾਮ ਸਿਉਂ ਹੇਤਾ ਸਤਗੁਰ ਮੇਰਾ ਸਦਾ ਸੁਹਾਈ ਜਿਨ ਦੁੱਖ ਕਾ ਕਾਟਿਆ ਕੀਤਾ ਰਹਾਉ ਤਨ ਤਨ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪਣੀ ਸੋਹਣੀ ਮਿੱਠੀ ਰਸਨਾ ਨੂੰ ਫਰਮਾਨ ਕਰਦੇ ਨੇ ਆਪਣੇ ਪਿਆਰੇ ਸਿੱਖਾਂ ਲਈ ਕਿ ਸਿੱਖ 24 ਘੰਟੇ ਗੁਰੂ ਅੱਗੇ ਅਰਦਾਸ ਬੇਨਤੀ ਕਰੇ ਸੇਵਾ ਸਿਮਰਨ 'ਚ ਲੱਗਿਆ ਰਹੇ ਗੁਰੂ ਦਾ ਹੇਤੀ ਹੋਵੇ ਪ੍ਰੇਮਾ ਭਗਤੀ ਕਰਕੇ ਗੁਰੂ ਤੋਂ ਕੁਝ ਵੀ ਨਾ ਮੰਗੇ ਵੇਖੋ ਜਿਵੇਂ ਮਾਂ ਪੁੱਤਰ ਨੂੰ ਜਨਮ ਦਿੰਦੀ ਹੈ ਮਾਂ ਦਾ ਪੁੱਤਰ ਨਾਲ ਬਹੁਤ ਹੇਤ ਹੁੰਦਾ ਹੈ ਪ੍ਰੇਮ ਹੁੰਦਾ ਪਿਆ ਇਵੇਂ ਗੁਰੂ ਸਾਹਿਬ ਨੇ ਆਪਾਂ ਨੂੰ ਸਰੀਰ ਦਿੱਤਾ ਹੈ ਇਸ ਵਿੱਚ ਜੋਤ ਰੱਖੀ ਹੈ ਇਸ ਕਰਕੇ ਸਿੱਖ ਦਾ ਵੀ ਗੁਰੂ ਨਾਲ ਪ੍ਰੇਮ ਹੋਣਾ ਚਾਹੀਦਾ ਹੈ ਸਿੱਖ 24 ਘੰਟੇ ਸੇਵਾ ਲਈ ਬਚਨ ਮੰਨਣ ਲਈ ਤਤਪਰ ਪੂਰਾ ਪਹਿਰਾ ਦੇਵੇ ਫਿਰ ਸਤਿਗੁਰ ਉਸਦੇ ਆਪ ਸਦਾ ਹੀ ਸਹਾਈ ਹੁੰਦੇ ਨੇ ਸਿੱਖ ਦੇ ਸਾਰੇ ਫੁਰਨੇ ਗੁਰੂ ਪੂਰੇ ਕਰਦਾ ਗੁਰੂ ਜੀ ਬਚਨ ਕਰਦੇ ਨੇ ਜਿਨ ਦੁੱਖ ਕਾ ਕਾਟਿਆ ਕੇ ਦਿਆਲੂ ਕਿਰਪਾਲੂ ਸਤਿਗੁਰ ਉਸਦੇ ਪਾਪ ਦੁੱਖ ਸਭ ਜੜ ਤੋਂ ਖਤਮ ਕਰ ਦਿੰਦੇ ਨੇ ਆਦ ਦੇ ਰਾਖਿਓ ਆਪਣਾ ਕਰ ਮਿਲਤਾ ਸਗਲ ਮਟਾਈ
ਔਰ ਸਿੱਖਾਂ ਦੇ ਸਿਰ ਤੇ ਨਿਰੰਕਾਰ ਮਿਹਰ ਭਰਿਆ ਹੱਥ ਰੱਖਦਾ ਹੈ। ਜਿਵੇਂ ਮਾਤਾ ਨਿੱਕੇ ਜਿਹੇ ਬੱਚੇ ਦੀ ਬਾਂਹ ਫੜਦੀ ਹੈ, ਪਕੜਦੀ ਹੈ, ਉਸਨੂੰ ਰੱਖਦੀ ਹੈ ਕਿ ਕਿਤੋਂ ਗਵਾਚ ਨਾ ਜਾਵੇ, ਮੈਥੋਂ ਦੂਰ ਨਾ ਹੋ ਜਾਵੇ। ਇਸੇ ਤਰ੍ਹਾਂ ਨਾਮ ਜਪਣ ਵਾਲਿਆਂ ਨੂੰ ਮਾਲਕ ਕੰਠ ਨਾਲ ਲਾ ਕੇ ਰੱਖਦਾ ਹੈ, ਕੰਠ ਨਾਲ ਲਾ ਕੇ ਰੱਖਦਾ ਹੈ, ਆਪ ਦਾ ਹੱਥ ਉਹਨਾਂ ਦੇ ਸਿਰ ਤੇ ਰੱਖਦਾ ਹੈ। ਸਿਰ ਮਸਤਕ ਰੱਖਿਆ ਪਾਰ ਬ੍ਰਹਮ, ਹਸਤ ਕਾਇਆ ਰੱਖਿਆ ਪਰਮੇਸ਼ਰ ਹੈ। ਉਹਨਾਂ ਦੇ ਸਗਲ ਸਾਰੇ ਹੁਣ ਦੇ, ਪਿਛਲੇ ਜਨਮ ਦੇ, ਆਉਣ ਵਾਲੇ ਸਮੇਂ ਦੇ ਬਿਰਥਾ ਬਿਗਨ ਦੂਰ ਹੋ ਜਾਂਦੇ ਨੇ। ਨੰਦ ਕੇ ਮੁਖ ਕਾਲੇ ਕੀਨੇ, ਜਨ ਕਾਇ ਆਪ ਸੁਹਾਈ। ਬਚਨ ਕਰਦੇ ਨੇ ਗੁਰੂ ਮਹਾਰਾਜ ਕਿ ਜਿਹੜੇ ਨਿੰਦਿਆ ਕਰਦੇ ਨੇ, ਗੁਰੂ ਜੀ ਹੀ ਕਮਜ਼ੋਰੀਆਂ ਦੇਖਦੇ ਨੇ। ਬਚਨ ਕਰਦੇ ਨੇ ਕਿ ਅੰਤ ਮੌਕੇ ਦਰਗਾਹ ਚ ਉਹਨਾਂ ਦੇ ਮੂੰਹ ਕਾਲੇ ਹੁੰਦੇ ਨੇ। ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈਸਾ। ਉਹ ਆਪ ਤਾਂ ਕਮਾਈ ਨਹੀਂ ਕਰਦੇ ਔਰ ਦੂਸਰਿਆਂ ਨੂੰ ਵੀ ਨਹੀਂ ਉਜਰਦੇ। ਅੰਤ ਮੌਕੇ ਉਹਨਾਂ ਦੇ ਮੂੰਹ ਤੇ ਸ਼ਾਹੀ ਫਿਰ ਜਾਂਦੀ ਹੈ। ਔਰ ਜਿਹੜੇ ਜਨ ਹੁੰਦੇ ਨੇ, ਸਿਮਰਨ ਕਰਦੇ ਨੇ, ਤੁਰਦੇ ਫਿਰਦੇ, ਬਹਿੰਦੇ ਉੱਠਦੇ, ਨਾਮ ਜਪਦੇ ਨੇ, ਉਹਨਾਂ ਦੀ ਰਸਨਾ ਤੇ ਹਰ ਵਕਤ ਵਾਹਿਗੁਰੂ ਸ਼ਬਦ ਰਹਿੰਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਆਪ ਉਹਨਾਂ ਦੇ ਸਹਾਈ ਹੁੰਦੇ ਨੇ। ਉਹ ਸਾਹਿਬ, ਉਹ ਮਾਲਕ ਇੱਕੋ ਹੈ, ਆਪ ਸੱਚਾ ਹੈ। ਭਾਵ ਮੌਕੇ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਸੱਚੇ ਸਾਹਿਬ ਹਨ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਉ ਅਪਾਰ। ਨਾਮ ਜਪਣ ਵਾਲੇ ਦਾ ਉਹ ਸਾਹਿਬ ਰਖਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਵੇ। ਔਰ ਆਪਦੇ ਪਿਆਰਿਆਂ ਨੂੰ ਗੁਰੂ ਮਹਾਰਾਜ ਕੰਠ ਨਾਲ ਲਾ ਕੇ ਰੱਖਦੇ ਨੇ। ਨਿਰਭਉ ਪਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਗੁਰੂ ਮਹਾਰਾਜ ਬਚਨ ਕਰਦੇ ਨੇ ਨਿਰਭਉ। ਕਈਆਂ ਨੂੰ ਸੰਸਾਰ ਦਾ ਭੈ ਹੈ, ਭੂਤਾਂ ਦਾ, ਜਮਾਂ ਦਾ, ਪ੍ਰੇਤਾਂ ਦਾ ਭੈ ਹੁੰਦਾ ਹੈ। ਪਰ ਜਿਹੜੇ ਗੁਰੂ ਨਾਲ ਜੁੜ ਕੇ ਸ਼ਬਦ ਦਾ ਅਭਿਆਸ ਕਰਦੇ ਨੇ, ਉਹਨਾਂ ਨੂੰ ਦੁਨੀਆਂ ਦਾ ਕੋਈ ਡਰ ਨਹੀਂ ਰਹਿੰਦਾ। ਨਿਰਭਉ ਜਪੈ ਸਗਲ ਭਉ ਮਿਟੈ। ਉਹ ਗੁਰਸਿੱਖ ਨਿਰਭਉ ਹੋ ਜਾਂਦੇ ਨੇ। ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ। ਬਚਨ ਕਰਦੇ ਨੇ ਸਤਿਗੁਰੂ ਜੀ, ਨਾਮ ਜਪਣ ਦਾ ਸਦਕਾ ਉਹਨਾਂ ਨੂੰ ਗੁਰੂ ਦਾ ਭਉ ਰਹਿੰਦਾ ਹੈ, ਸੰਸਾਰ ਦਾ ਭੈ ਡਰ ਦੂਰ ਹੋ ਜਾਂਦਾ। ਉਹ ਕਦੇ ਨਾ ਖਤਮ ਹੋਣ ਵਾਲੇ ਸੁੱਖ ਨੂੰ ਮਾਣਦੇ ਨੇ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਨਿਸ਼ਾਨਾ ਲੈ ਸਤਿਗੁਰਾਂ ਦੇ ਚਰਨਾਂ ਨਾਲ ਜੁੜ, ਹਰੇਕ ਸਾਹ ਨਾਲ ਵਾਹਿਗੁਰੂ ਵਾਹਿਗੁਰੂ ਜਪ, ਫਿਰ ਹਰੀ ਪਰਮੇਸ਼ਰ ਗੁਰੂ ਨਾਨਕ ਤੇਰਾ ਲੋਕ ਵੀ ਸੁਖੀ ਤੇ ਪਰਲੋਕ ਵੀ ਸਹੇਲਾ ਕਰ ਦੇਣਗੇ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸ਼੍ਰੀ ਵਾਹਿਗੁਰੂ।
सत श्री अकाल पुरख जी का ध्यान धरके खालसा जी साध संगत बोलना जी। हे अकाल पुरख अंतर जामी श्री गुरु नानक देव निरंकार सूप सचे पातशाह जी, आप जी दे हजूर अमृत वेले तो लैके श्री जप जी साहब जी दे पाठ, श्री सुखमनी साहब जी दे पाठ, श्री आसा जी दी वार दे सलोक संत शब्द कीर्तन जी की अरदास, अखर ला कन्ना तुक भुल चुक माफ करनी, आप जी दे सोहने चरण कमला पास, सिख संगत गुरबाणी पढ़ते सुनते सरबत लाहेवंद होण, श्री गुरु नानक नाम चढ़दी कला तेरे भाणे सरबत दा भला। धन गुरु नानक, धन गुरु नानक दियां संगतां जपो जी। सतनाम 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 जी। सतनाम 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 जी। वाहेगुरु वाहेगुरु जी। सतनाम 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 जी। वाहेगुरु 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 जी। सतनाम 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 जी। नाम जी।